ਨਵਾਂ ਇਤਿਹਾਸ ਨਵਾਂ ਇਤਿਹਾਸ ਰਚਿਆ ਜਾਏਗਾ ਕਾਲੇ ਕਾਨੂੰਨ ਰੱਦ ਹੋਣਗੇ ਰੱਦ ਕਰਾ ਕੇ ਜਾਵਾਂਗੇ ਉਹਨਾਂ 6% ਨੂੰ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਮੋਦੀ ਸਰਕਾਰ ਉਹਨਾਂ ਦੇ ਪੈਰਾਂ 'ਚ ਪਈ ਹੋਈ ਹੈ ਉਹ ਸਾਡੇ ਸਾਹਮਣੇ ਉਹ ਲੋਕਤਾ ਲਿਆਓ ਜਿਹੜਿਆਂ ਨੇ ਤੁਹਾਨੂੰ ਕਿਹਾ ਸੀਗਾ ਵੀ ਇਹ ਕਿਸਾਨੀ ਬਿੱਲ ਪਾਸ ਕਰੋ ਕਿਹਨੇ ਕਿਹਾ ਸੀ ਕਿਹੜੀ ਕਿਸਾਨ ਸਭਾ ਕਿਹੜੀ ਜਥੇਬੰਦੀ ਆਈ ਸੀ ਤੁਹਾਡੇ ਕੋਲ अपना किसानी मोर्चा है ये किसानी मोर्चे तो बदल के हुण धर्म युद्ध मोर्चा हो गया जेड़े पत्थर सरकारां ने करेना नाल रखे सी ते नौजवानों ने हत्थां नाल चक के पासे करते 73 राष्ट्र दा अखां तो अन्ना सी पर साडा देश दा प्रधानमंत्री अकल तो अन्ना भी इस जिहड़ी इह लड़ाई है ਇਹਦੇ ਵਿੱਚੋਂ ਨਵੇਂ ਤਾਂ ਯੋਧੇ ਪੈਦਾ ਹੋਣਗੇ ਕਿਉਂਕਿ ਇੱਥੇ ਮੀਡੀਆ ਦੀ ਇੱਕ ਪ੍ਰੋਬਲਮ ਹੈ ਵੀ ਉਹ ਲੜਾਈ ਨੂੰ ਵੰਡਣ ਦੀ ਕੋਸ਼ਿਸ਼ ਕਰਦਾ ਪਾੜੋ ਤੇ ਰਾਜ ਕਰੋ ਕਈ ਵਾਰੀ ਆਪਾਂ ਕਹਿੰਦੇ ਬਸ਼ਰਮ ਦੀ ਦਾਲ ਡੁੱਲ ਗਈ ਉਹ ਕਹਿੰਦਾ ਯਾਰ ਤਾਂ ਭੁੰਜੇ ਹੀ ਖਾਂਦੇ ਆ ਤਾਂ ਇਹ ਸਰਕਾਰ ਆ ਜਿਹੜੀ ਇਹ ਬਸ਼ਰਮ ਹੈ ਸਭ ਤੋਂ ਵੱਧ ਆਪਣਾ ਜਿਹੜਾ ਹੈ ਇਹ ਜੋ ਕਲਾਕਾਰ ਸਾਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਲੱਚਰ ਗਾਣੇ ਗਾਉਂਦੇ ਨੇ ਅੱਜ ਪੰਜਾਬ ਨੂੰ ਸਭ ਤੋਂ ਅੱਗੇ ਮੋਹਰੀ ਸੂਬਾ ਬਣਾਉਣ ਵਾਲੇ ਵੀ ਇਹ ਕਲਾਕਾਰ ਹਨ ਇਹ ਜੋ ਸਿਹਰਾ ਆ ਇਹ ਸਾਡੀਆਂ ਜਥੇਬੰਦੀਆਂ ਦੇ ਕਲਾਕਾਰਾਂ ਦੇ ਸਿਰ ਹੀ ਜਾਂਦਾ ਹੈ ਔਰ ਨੌਜਵਾਨ ਪੀੜ੍ਹੀ ਜਿਹੜੀ ਸਾਨੂੰ ਦਿੱਲੀ ਤੱਕ ਲੈ ਕੇ ਪਹੁੰਚੀ ਆ ਅਤੇ ਸਾਰਾ ਪੰਜਾਬ ਜਾਗ ਗਿਆ ਹਰਿਆਣਾ ਜਾਗ ਗਿਆ ਇਹਨਾਂ ਨੇ ਸਾਡੇ ਨਾਲ ਕੋਈ ਕਸਰ ਨਹੀਂ ਛੱਡੀ ਸਾਨੂੰ 47 'ਚ ਵੰਡਿਆ ਗਿਆ ਅਸੀਂ ਤਾਂ ਨਹੀਂ ਬੋਲੇ ਸਾਨੂੰ ਹਰਿਆਣੇ ਨਾਲ ਵੰਡਿਆ ਗਿਆ ਅਸੀਂ ਤਾਂ ਨਹੀਂ ਬੋਲੇ ਸਾਨੂੰ ਹਿਮਾਚਲ ਨਾਲ ਥੋੜ੍ਹਾ ਵੰਡ ਦਿੱਤਾ ਗਿਆ ਅਸੀਂ ਤਾਂ ਨਹੀਂ ਬੋਲੇ ਰਾਜਸਥਾਨ ਵਾਲੀ ਸਾਈਡ ਤੋਂ ਵੰਡ ਦਿੱਤਾ ਗਿਆ ਅਸੀਂ ਤਾਂ ਨਹੀਂ ਬੋਲੇ ਔਰ ਹੁਣ 3-4 ਜ਼ਿਲ੍ਹੇ ਸਾਡੇ ਫਿਰ ਕਸ਼ਮੀਰ ਨਾਲ ਜੋੜਨ ਵਾਲੇ ਆ ਉਹ ਵੀ ਖਬਰ ਉੱਡ ਗਈ ਹੈ ਸਾਰੀ ਪਤਾ ਲੱਗ ਗਿਆ ਵੀ ਉਹ ਪੰਜਾਬ ਗੁਰਦਾਸਪੁਰ ਪਠਾਨਕੋਟ ਬਟਾਲਾ ਔਰ ਅੰਮ੍ਰਿਤਸਰ ਦਾ ਅੱਧਾ ਹਿੱਸਾ ਜੰਮੂ ਕਸ਼ਮੀਰ ਨਾਲ ਜੋੜਨ ਲੱਗੇ ਆ ਇਹ ਸਾਰੀਆਂ ਇਹਨਾਂ ਦੀਆਂ ਚਾਲਾਂ ਨੇ ਇਹ ਕਾਬਜ਼ ਨਹੀਂ ਹੁੰਦਿਆਂ ਕਿ ਦੁਬਾਰਾ ਪੰਜਾਬ ਨਵਾਂ ਸਿਰਜਿਆ ਜਾਏਗਾ ਇਹ ਸਭ ਮਹਾਰਾਜ ਨੇ ਕੀਤਾ ਪਰਮਾਤਮਾ ਨੇ ਕੀਤਾ ਇੱਕ ਕੀਤੇ ਆ ਇੱਕ ਨਵਾਂ ਇਤਿਹਾਸ ਨਵਾਂ ਇਤਿਹਾਸ ਰਚਿਆ ਜਾਏਗਾ ਕਾਲੇ ਕਾਨੂੰਨ ਰੱਦ ਹੋਣਗੇ ਰੱਦ ਕਰਾ ਕੇ ਜਾਵਾਂਗੇ ਇਹ ਸਾਡਾ ਖਾਲਸਾ ਮਹਾਰਾਜ ਅੱਗੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਅੱਗੇ ਸਾਜੋ ਸਮਾਨ ਸਾਰਾ ਕੁਝ ਲੱਗ ਗਿਆ ਮਹਾਰਾਜ ਹਾਜ਼ਰ ਨਾਜ਼ਰੇ ਬਾਬੇ ਨਾਨਕ ਨੇ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਨੇ ਆਪ ਕੀਤਾ ਨਹੀਂ ਤਾਂ ਅਜੇ ਤੱਕ ਇੱਕ ਨਹੀਂ ਹੋਇਆ ਹਰਿਆਣਾ ਪੰਜਾਬ ਅੱਜ ਇੱਕ ਆਪਣੇ ਹੱਕਾਂ ਵਾਸਤੇ ਅੱਗੇ ਵੀ ਇੱਕ ਰਾਂਗੇ ਔਰ ਇਹ ਬਾਬਰ ਦਾ ਜਿਹੜਾ ਰੂਪ ਦਿਖਾ ਰਿਹਾ ਤੇ ਕੋਈ ਆਪਣੇ ਹੱਕ ਲੈ ਕੇ ਜਾਵਾਂਗੇ ਹਰ ਹੀਲੇ ਆਪਣੇ ਹੱਕ ਲੈ ਕੇ ਜਾਵਾਂਗੇ ਕਿਸਾਨ ਮਜ਼ਦੂਰ ਇਕਦਾ ਜ਼ਿੰਦਾਬਾਦ 80,000 ਕਮਿਊਨਿਟੀ ਜਿਹੜੀ ਆਪਣੀ ਹੈ 80,000 ਖੇਤੀ ਨਾਲ ਸੰਬੰਧਿਤ ਹੈ ਜੀ ਤੇ 20% ਲੋਕ ਹੈ ਜਿਹੜੇ ਖੇਤੀ ਨਾਲ ਨਹੀਂ ਉਹਨਾਂ 'ਚੋਂ ਵੀ ਜਿਹੜੇ 6% ਲੋਕਾਂ ਨੂੰ ਫਾਇਦਾ ਮਿਲਣਾ ਇਸ ਬਿੱਲ ਦਾ ਉਹਨਾਂ 6% ਨੂੰ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਮੋਦੀ ਸਰਕਾਰ ਉਹਨਾਂ ਦੇ ਪੈਰਾਂ 'ਚ ਪਈ ਹੋਈ ਹੈ ਤੇ ਮੋਦੀ ਤੋਂ ਇੱਥੋਂ ਇਹ ਸਵਾਲ ਵੀ ਆਉਂਦਾ ਹੈ ਕਿ ਜਿਹੜੇ ਦੇਸ਼ ਦੇ ਲੋਕ ਦੀ ਇੱਜ਼ਤ ਪਿਆਰੀ ਹੈ ਕਿ ਪ੍ਰਧਾਨ ਮੰਤਰੀ ਦੀ ਦੇਖੋ ਜਨਤਾ ਨਾਲ ਪ੍ਰਧਾਨ ਮੰਤਰੀ ਹੁੰਦਾ ਲੋਕੇ ਸਰ ਜੋ ਇੱਜ਼ਤ ਆ ਇਹ ਅੰਬਾਨੀ ਦੀ ਇੱਜ਼ਤ ਬਣ ਚੁੱਕੀ ਆ ਇਹ ਪ੍ਰਧਾਨ ਮੰਤਰੀ ਸਾਹਿਬ ਮੋਹਰਾ ਆ ਸਾਡੇ ਮੋਹਰਾ ਖਾਲੀ ਜਿਹੜਾ ਰਾਜ ਚਲਾ ਰਿਹਾ ਉਹ ਅੰਬਾਨੀ ਜੀ ਚਲਾ ਰਿਹਾ ਅੰਬਾਨੀ ਕੇ ਜਹਾਜ਼ ਆ ਰਹੇ ਆ ਅੰਬਾਨੀ ਕੀ ਟ੍ਰੇਨੇ ਤਿਆਰ ਹੋ ਗਈ ਆ ਅੰਬਾਨੀ ਕੀ ਟ੍ਰੇਨੇ ਚੱਲੇਗੀ ਅੰਬਾਨੀ ਕੀ ਜਹਾਜ਼ ਦੇਸ਼ ਦੇਸ਼ ਵਾਸਤੇ ਪਸੀਨਾ ਪਾਇਆ ਹੁਣ ਤੱਕ ਅਸੀਂ ਸਾਰਾ ਕੁਝ ਆਪਣਾ ਜਿਹੜਾ ਨਾ ਸਬਰ ਕੀਤਾ ਉਹ ਦੇਸ਼ ਦਾ ਨਾਮ ਭਾਰਤ ਆ ਔਰ ਭਾਰਤ ਨੂੰ ਮਿਟਾ ਕੇ ਅੰਬਾਨੀ ਕੀਤਾ ਜਾ ਰਿਹਾ ਇਹ ਅੰਬਾਨੀ ਹਰ ਹਾਲਤ ਤੱਕ ਕਾਬਜ਼ ਨਹੀਂ ਹੋਏਗਾ ਸਾਡੇ ਦੇਸ਼ ਮੋਦੀ ਨੇ ਗੱਲ ਇਹ ਦੱਸਣਾ ਚਾਹੁੰਦਾ ਸਾਡਾ ਜਿਹੜਾ ਇਤਿਹਾਸ ਹੈ ਨਾ ਹਰ ਇਤਿਹਾਸ ਨੂੰ ਹੁਣ ਇਹ ਲੋਕ ਕਹਿਣ ਲੱਗ ਗਏ ਤੇ ਵੀ ਇਹ ਇਤਿਹਾਸ ਹੈ ਨਹੀਂ ਇਹ ਇਤਿਹਾਸ ਨੂੰ ਹੁਣ ਦੁਬਾਰਾ ਇਤਿਹਾਸ ਦੁਹਰਾ ਕੇ ਅਸੀਂ ਪਿਛਲਾ ਇਤਿਹਾਸ ਆਪਣਾ ਜਾਗਰਤ ਕੀਤਾ ਧਰਾਇਆ ਜਾਂਦਾ ਨਹੀਂ ਤਾਂ ਮਤਲਬ ਮਿਥਿਹਾਸ ਬਣ ਜਾਂਦਾ ਨਹੀਂ ਮਿਥਿਹਾਸ ਇਹ ਕਹਿਣ ਲੱਗ ਗਏ ਸੀਗੇ ਵੀ ਇਹ ਤੇ ਮੇਰਾ 1756 ਦੇ ਵਿੱਚ ਵੱਡਾ ਘੱਲੂਗਾਰਾ ਹੋਇਆ ਅਬਦਾਲੀ ਨੇ ਸਾਡੀ ਬਹੁਤ ਘੱਟ ਗਿਣਤੀ ਸਿੱਖਾਂ ਦੀ ਰਹਿ ਗਈ ਸੀ ਜਦ ਉਹਨੇ ਕੀਤਾ ਛੋਟੇ ਛੋਟੇ ਬਜ਼ੁਰਗਾਂ ਅਤੇ ਬੱਚਿਆਂ ਤੋਂ ਲੈ ਕੇ ਸਾਰਿਆਂ ਨੂੰ ਉਹਨਾਂ ਨੇ ਮਾਰਤਾ ਸੀ ਅਤੇ ਉਹ ਤੋਂ ਬਾਅਦ ਜਾਂਦਾ ਉਹ ਸਾਡੇ ਦਰਬਾਰ ਸਾਹਿਬ ਨੂੰ ਵੀ ਬੰਬ ਲਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਡਾਇਆ ਅਤੇ ਉਸ ਸਾਲ ਦੀ ਵਿਸਾਖੀ ਆਈ ਜਦੋਂ ਨਵੰਬਰ 'ਚ ਸਿੱਖਾਂ ਨੇ ਫਿਰ ਇਕੱਠੇ ਹੋ ਕੇ ਦੁਬਾਰੇ ਉਹਨੂੰ ਲਾਹੌਰੋਂ ਭਜਾ ਕੇ ਕਾਬਲ ਭੇਜ ਦਿੱਤਾ ਸੀ ਇਸ ਕਰਕੇ ਸਿੱਖਾਂ ਦਾ ਬਹੁਤ ਬਹੁਮੁੱਲ ਆ ਬਹੁਤ ਵੱਡਾ ਇਤਿਹਾਸ ਹੈ ਅਤੇ ਸਿੱਖਾਂ ਦੇ ਨਾਲ ਹੁਣ ਸਾਰਾ ਦੇਸ਼ ਜੁੜਿਆ ਹੋਇਆ ਸਿੱਖ ਉਹਨਾਂ ਦਾ ਮੋਹਰੀ ਬਣ ਕੇ ਲੀਡ ਕਰ ਰਿਹਾ ਅਤੇ ਹਰਿਆਣਾ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਜਿਹੜੇ ਹਰਿਆਣੇ ਦੇ ਮੰਤਰੀ ਹੈ ਜਾਂ ਇੱਥੇ ਦੇ ਕੈਬਨਿਟ ਦੇ ਮੰਤਰੀ ਹੈ ਹੁਣ ਕੱਲ੍ਹ ਕਹਿੰਦੇ ਸੀ ਵੀ ਚੰਦ ਲੋਕਾਂ ਕੀ ਡਿਮਾਂਡ ਹੈ ਇਹ ਤੋਂ ਚੰਦ ਲੋਕਾਂ ਕੀ ਉਹ ਸਾਡੇ ਸਾਹਮਣੇ ਉਹ ਲੋਕਤਾ ਲਿਆਓ ਜਿਹੜਿਆਂ ਨੇ ਤੁਹਾਨੂੰ ਕਿਹਾ ਸੀਗਾ ਵੀ ਇਹ ਕਿਸਾਨੀ ਬਿੱਲ ਪਾਸ ਕਰੋ ਕਿਹਨੇ ਕਿਹਾ ਸੀ ਕਿਹੜੀ ਕਿਸਾਨ ਸਭਾ ਕਿਹੜੀ ਜਥੇਬੰਦੀ ਆਈ ਸੀ ਤੁਹਾਡੇ ਕੋਲ ਅਤੇ ਜਦੋਂ ਕੋਈ ਵੀ ਗੌਰਮੈਂਟ ਆ
कोई किसी को कोई चीज़ देंदी आ जो लैन वाले नहीं चीज़ पसंद फिर सानू साडा तोहफा ताडा गिफ्ट ताडा जो तुम प्रचार झूठा सच्चा करते हो नहीं सरकार इत्थे वेखो लखां लोग इत्थे शहीद हो गए बजुर्ग किन्ने मर गए इत्थे जो लोग ही नहीं पसंद कर रहे तो प्रधानमंत्री का फर्ज बनता भी जो दुनिया नहीं पसंद कर रही की विचार तुहाडे देखो ये जिहड़ा अपना किसानी मोर्चा है ये किसानी मोर्चे तो बदल के हुण धर्म युद्ध मोर्चा हो गया क्योंकि एक पासे धर्म है पापी खड़े है और जदों भी अधर्म है धर्म के उत्ते अधर्म जदों भी जिहड़ा हैवी होने की कोशिश करता तो परमात्मा आप कोई ना कोई रूप धार के तुहानू पता ही है भी प्रहलाद नू भी कीड़ी के रूप के नारायण जिहड़ा दिसिया सी तां अज फिर तो गुरु महाराज ने कृपा की है पंजाब के उन्होंने नौजवानों जिन्हों कदे असी नछेड़े कह के पुकारते अज पंजाब की जवानी गर्क गई है जब पंजाब नू छड़ छड़ के लोग भज्जन लग गए तो अज उ जोड़े पंजाब के साडे नौजवान है वह भगत सिंह ते करतार सिंह सराभे की गल करते हैं बंदा सिंह बहादुर की गल करते हैं असी तो जिहड़ा जो साडा पुराना इतिहास सी अज दो तीन महीनों के साडा इतिहास रिपीट होया ते और तुसी ये इतिहास का नहीं भी पता बच्चे बच्ची नूं भी पता लग गया हाँ और तुसी ये देखो भी जेड़े पत्थर सरकारां ने करेना ना रखे सी ते नौजवानों ने हत्थां ना चक के पासे करते तो वह जिहड़ा साडा पुराना इतिहास सीगा भी बाबा दीप सिंह होनी सीस आ जिहड़ा तली ते धर के लड़िया सी और अज साडे जिहड़ा हैगा इन्हां नौजवानों ने दिखाता कि अज भी ये कौम उही कौम है जिहड़ी सीस तली ते रख के जां ये जिहड़ा उन्हां दे नादर शाह होणां दे खिलाफ लड़दी रही है तो अज अंबानी ते अंडानी ते मोदी के खिलाफ है अज मोदी उस जगह ते आ गया जिवें जदों महाभारत हुई है तो त्रैतराष्ट्र का भी जिहड़ा जिहड़ा किरदार सी उह मोदी वर्गा सी त्रैतराष्ट्र का अखां तों अन्ना सी पर साडा देश का प्रधानमंत्री अकल तो अन्ना ये अकल के अन्ने प्रधानमंत्री ने अज जो साडे देश दे विच लड़ाई शुरू की है और वह अज फिर किरती जिवें कृष्ण भगवान जी उन्हां पांडवों के नाल आके खड़े सी अज फिर अकाल पुरख वाहगुरु है जिहड़ा वह इन्हां किसानां मजदूरां किरतियां दे नाल आके खड़े आ और वह जिहड़ा फिर तो वह त्रैतराष्ट्र नूं जिहड़ा हैगा उहदी सज़ा देण वास्ते जदों कोई भी राजा राजे शीं मुकद्दम कुत्ते वाली गल इत्थे हो चुकी है और जिहड़े लोग है वह इस नूं बर्दाश्त बिल्कुल नहीं करनगे पहलां गदार घट हुंदे हुण गदार भी बड़े अपने देखो जिवें जिवें पापूलेशन वध रही है जे जिहड़ी क्वांटिटी जे योध्यां दी वधी है ਤਾਂ ਗਦਾਰਾਂ ਦੀ ਵੀ ਵਧੂਗੀ ਪਰ ਮੈਂ ਜਦੋਂ ਸ਼ੁਰੂ ਤੋਂ ਹੀ ਹੋਇਆ ਸੀ ਮੈਂ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਆਪਦੇ ਫੇਸਬੁੱਕ ਰਾਹੀਂ ਵੀ ਇਸ ਜਿਹੜੀ ਇਹ ਲੜਾਈ ਹੈ ਇਹਦੇ ਵਿੱਚੋਂ ਨਵੇਂ ਤਾਂ ਯੋਧੇ ਪੈਦਾ ਹੋਣਗੇ ਨਵੇਂ ਲੀਡਰ ਪੈਦਾ ਹੋਣਗੇ ਔਰ ਨਵੇਂ ਗਦਾਰ ਪੈਦਾ ਹੋਣਗੇ ਇਹ ਕੋਸ਼ਿਸ਼ ਕਰੋ ਵੀ ਸਾਡੇ ਹਿੱਸੇ ਕਿਤੇ ਇਹ ਨਾ ਹੋਵੇ ਸਾਡੀ ਕੌਮ ਦੇ ਹਿੱਸੇ ਕੋਈ ਗਦਾਰੀ ਪੈ ਜੇ ਤਾਂ ਆਪਾਂ ਇਹ ਕੰਮ ਕਰੋ ਕਿ ਅਸੀਂ ਆਪਣੀ ਕੌਮ ਨੂੰ ਉਸੇ ਤਰ੍ਹਾਂ ਗੁਰੂਆਂ ਦੀ ਕੌਮ ਆ ਜਿਹੜੀ ਉਹ ਬਣਾ ਕੇ ਯੋਧਿਆਂ ਦੇ ਵਿੱਚ ਸ਼ਾਮਿਲ ਹੋ ਕੇ ਆਈਏ ਤਾਂ ਕਿ ਸਾਨੂੰ ਜਦੋਂ ਅਸੀਂ ਘਰੇ ਮੁੜ ਕੇ ਆਈਏ ਤਾਂ ਸਾਨੂੰ ਆਪਦੇ ਘਰਦਿਆਂ ਤੋਂ ਆਪਦੇ ਪਰਿਵਾਰਾਂ ਤੋਂ ਆਪਦੇ ਪਿੰਡ ਦੇ ਵਿੱਚ ਲੋਕਾਂ ਤੋਂ ਮੂੰਹ ਨਾ ਛਪਾਉਣਾ ਪਵੇ ਬਿਲਕੁਲ ਲਾਹਨਤਾਂ ਨਾ ਮਿਲਣ ਹਾਂਜੀ ਮਤਲਬ ਇਹ ਇਹ ਜ਼ਰੂਰੀ ਹੈ ਕਿਉਂਕਿ ਜੇਕਰ ਅੱਜ ਇਸ ਜਗ੍ਹਾ ਤੋਂ ਆ ਕੇ ਤੁਸੀਂ ਇਹ ਦੇਖੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 9 ਮਹੀਨੇ ਦਾ ਘੇਰਾ ਪਿਆ ਰਿਹਾ ਸੀ ਬੰਦਾ ਸਿੰਘ ਬਹਾਦਰ ਨੂੰ ਵੀ 9 ਮਹੀਨੇ ਘੇਰਾ ਪਾ ਕੇ ਰੱਖਿਆ ਤਾਂ ਅੱਜ ਇਤਿਹਾਸ ਬਦਲਿਆ ਅੱਜ ਇਤਿਹਾਸ ਬਦਲਿਆ ਅੱਜ ਅਸੀਂ ਮੋਦੀ ਨੂੰ ਜਿਹੜਾ 3 ਮਹੀਨੇ ਪੰਜਾਬ 'ਚ ਸ਼ੁਰੂ ਕੀਤਾ ਅਤੇ ਆ ਜਿਹੜਾ ਹੈਗਾ 15 ਦਿਨ ਇੱਥੇ ਹੋ ਗਏ ਆ ਤਾਂ ਇਹ ਵੀ ਘੇਰਾ ਜਿਹੜਾ ਸਰਕਾਰ ਨੂੰ ਪਾ ਕੇ ਉਹ ਦੁਬਾਰਾ ਜਿਹੜੀ ਇਹਨਾਂ ਨੇ ਆਪਾਂ ਨੂੰ ਭਾਜੀ ਪਾਈ ਸੀ ਉਹ ਭਾਜੀ ਮੋੜਨ ਵਾਸਤੇ ਆਏ ਔਰ ਇੱਥੋਂ ਕਿਸਾਨ ਜਿਹੜਾ ਜਿੱਤ ਕੇ ਜਾਊਗਾ ਕਿਉਂਕਿ ਸਾਨੂੰ ਇਹਦੇ 'ਤੇ ਸਾਡੇ ਜਿਹੜੇ ਕਿਸਾਨ ਲੀਡਰ ਹੈ ਇਹ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਬਹੁਤ ਸੂਝਵਾਨ ਨੇ ਔਰ ਉਹ ਜੋ ਵੀ ਫੈਸਲਾ ਲੈ ਰਹੇ ਨੇ ਉਹ ਬੜੀ ਦ੍ਰਿੜਤਾ ਨਾਲ ਕਿਉਂਕਿ ਗੁਰੂ ਮਹਾਰਾਜ ਉਹਨਾਂ ਦੇ ਵਿੱਚ ਆਪ ਵਰਤ ਰਿਹਾ ਜਦੋਂ ਤੁਸੀਂ ਸੱਚ 'ਤੇ ਖੜ੍ਹਦੇ ਹਾਂ ਤਾਂ ਤੁਹਾਡੇ ਨਾਲ ਸੱਚ ਦੀ ਸਪੋਰਟ ਹੋ ਜਾਂਦੀ ਹੈ ਉਹ ਮਹਾਰਾਜ ਦੀ ਸਪੋਰਟ ਦੇ ਨਾਲ ਉਹ ਜਿਹੜੇ ਸਾਡੇ ਕਿਸਾਨ ਆਗੂ ਆ ਉਹ ਬਹੁਤ ਵਧੀਆ ਹੁਣ ਤੱਕ ਕਾਰਜਸ਼ੈਲੀ ਜਿਹੜੀ ਕਰ ਰਹੇ ਆ ਔਰ ਜਿਹੜੀ ਕੌਮ ਹੈ ਜਿਹੜੀ ਪੰਜਾਬ ਨਹੀਂ ਅੱਜ ਇਹ ਲੜਾਈ ਕਿਉਂਕਿ ਇੱਥੇ ਮੀਡੀਆ ਦੀ ਇੱਕ ਪ੍ਰੋਬਲਮ ਹੈ ਵੀ ਉਹ ਲੜਾਈ ਨੂੰ ਵੰਡਣ ਦੀ ਕੋਸ਼ਿਸ਼ ਕਰਦਾ ਪਾੜੋ ਅਤੇ ਰਾਜ ਕਰੋ ਉਹਨਾਂ ਨੇ ਇਹਨੂੰ ਪੰਜਾਬ ਨੂੰ ਦੀ ਲੜਾਈ ਤੋਂ ਛੱਡ ਕੇ ਖਾਲਿਸਤਾਨ ਦੀ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਖਾਲਿਸਤਾਨੀ ਲੋਕ ਹਨ ਪਰ ਅੱਜ ਇਹ ਲੜਾਈ ਭਾਰਤ ਦੇ ਕਿਸਾਨਾਂ ਦੀ ਲੜਾਈ ਬਣ ਚੁੱਕੀ ਹੈ ਭਾਰਤ ਦਾ ਸਾਰੇ ਭਾਰਤ ਦਾ ਕਿਸਾਨ ਉੱਠ ਖੜਿਆ ਔਰ ਭਾਰਤ ਦੇ ਉੱਤੋਂ ਉੱਠ ਕੇ ਵੀ ਸਾਰੀ ਦੁਨੀਆ ਦੇ ਉੱਤੇ ਅਫਰੀਕਾ ਦੇ ਕਿਸਾਨਾਂ ਨੇ ਵੀ ਆਪਦੀ ਗੌਰਮੈਂਟ ਦੇ ਖਿਲਾਫ਼ ਕਿਉਂਕਿ ਜਿੱਥੇ ਵੀ ਕਿਰਤੀ ਦੀ ਲੁੱਟ ਜਿੱਥੇ ਵਪਾਰੀ ਆਊਗਾ ਉਹ ਕਿਰਤੀ ਦੀ ਹਮੇਸ਼ਾ ਲੁੱਟ ਕਰਦਾ ਤਾਂ ਦੁਨੀਆ ਦੇ ਅੰਦਰ ਜਿੱਥੇ ਜਿੱਥੇ ਵੀ ਵਪਾਰੀ ਕਿਰਤੀਆਂ ਦੀ ਲੁੱਟ ਕਰਦਾ ਉਹ ਲੋਕ ਉੱਠ ਕੇ ਖੜ੍ਹੇ ਹੋਏ ਆ ਔਰ ਇਹ ਲੜਾਈ ਆ ਜਿਹੜੀ ਅਸੀਂ ਸਾਨੂੰ ਅਸੀਂ ਵਧਾਈ ਆ ਦੇ ਪਾਤਰ ਹਾਂ ਅਸੀਂ ਸਾਰੇ ਲੋਕ ਸਾਡਾ ਮੀਡੀਆ ਸਾਡੇ ਕਲਾਕਾਰ ਸਾਡੇ ਸੰਤ ਮਹਾਂਪੁਰਖ ਕਿਉਂਕਿ ਲਗਾਤਾਰ ਅਸੀਂ ਇਹਦੇ ਉੱਤੇ ਜ਼ੋਰ ਦੇ ਰਹੇ ਹਾਂ ਕਿ ਇਹਨੂੰ ਜਿਹੜੀ ਹੈਗੀ ਕਿਰਤੀਆਂ ਦੀ ਲੜਾਈ ਬਣਾਈ ਜਾਵੇ ਔਰ ਅੱਜ ਦੁਨੀਆ ਦੇ ਕਿਰਤੀ ਹੈ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਇਸ ਲੜਾਈ ਦਾ ਇਕੱਠੇ ਆ ਸਾਰੇ ਬਿਲਕੁਲ ਜੀ ਬਿਲਕੁਲ 100% ਜੀ ਹੁਣ ਮਾਹੌਲ ਇੱਦਾਂ ਦਾ ਬਣ ਚੁੱਕਾ
कि मजदूर किसान इतों तक भाई जोड़े मुलाजम लोग ने मेरे न खालसा कॉलेज के टीचर होर कई मतलब चंडीगढ़ के टीचर 100-150 टीचर ही आया पढ़िया लिखा बुद्धिजीव क्योंकि लोगों को पता लग चुका है कि ये साढ़े न गलत काम हो रहा है। वेखो जी कदे वो टाइम चलन की संभावना देखो लड़ाई है जी क्योंकि जे आप वेखिए भी जी सरकार के धौन दे विच कितें किला सी आप जी जरा पंजाबी दे विच किला जी की धौन च हो निमदा नहीं आह ही जिहड़ा अमित शाह है ये मीटिंगा रख के मीटिंगा च नहीं सी आया और कल वह आप उन्हें मीटिंग रखी और आप किसानों मिलने की इच्छा जाहिर की और इतों पता लगता कि किसा जी सरकार है वह एक बार तो धुआं निकल चुका है पर वो हले बाहरों कई बार आप कहने बशर्म की दाल डुल गई वो कहता यार तो भुंजे ही खाते हैं तो यह सरकार है जी बशर्म है तो हूँ ये उस रास्ते ते आ रही है हौली हौली आ रही है अमित शाह नूं आप आके जिहड़े साडे किसान आगूआं नाल गल करनी पई और हुण जिथे वह कहते असीं करना ही कुछ नहीं जो मर्जी कर लो हुण कहते जी सानूं ऐं दस दिओ सानूं ऐं दस दिओ पर पंजाब दे किसान ते पंजाब दे जिहड़े इत्थे बैठे है लोग इत्थे धरनियां ते बैठे है वह इत्थों जित के वापस जाणगे और इन्हां कानूनां नूं रद्द करा के वापस जाणगे उदों थले मंग ही है नहीं किसे दी। जी कित्थों आए जी? असीं जलंधर तों आए आ। की कहना चाहुंदे? पहला सब तो पहला वाहगुरु जी का खालसा वाहगुरु जी की फतेह तो बहुत बहुत ताड़ा धन्यवाद भाजी। असं ये पूछना चाहते हाँ चलो असी एक जो इन्हें कानून पास किए इन्हें किसी नहीं पूछा अपने ही जो ये बंदे सी पार्टी के लैले है ना वैसे मो प्रधानमंत्री हर टाइम मन की बात टीवी के उत्ते कहना चाहता हर बार कहता आ इन्हों जो भी कानून कोई बनाए जिन्हें लिए बनाया सी उन्हां दे कोई बंदे लैने चाहिए सी पुछना चाहिए सी जो साडे किसान भरावां नूं मजदूर भरावां नूं कानून मंजूर ही नहीं हैगा तो इन्हें अपने कोल ही बना के ते साडे उत्ते थोप दिता है। ठीक है जी जे ये किसान भरावां नूं मन दी बात टीवी ते कहिंदा साडे किसान भरा साडे मजदूर भरा इकट्ठे हो के ते इहदे नाल गल करदे शायद इत्थे तक ये नौबत ना पहुँचती ना ये कानून पास करने की कोशिश करते ना असी होन देने सीगे ये जो भी हो रहा बहुत ज़्यादा गलत हो रहा है। ठीक है जी साढ़े ठीक चल रहा सब कोई लंगर पानी मिल रहा बहुत कृपा वाहगुरु जी सारे की सब तो ताडा भी बहुत धन्यवाद तुसी अपना चला रहे हैं तो लंगर पानी सारे वालों बहुत वधिया आ साढ़े पंजाबी भरावां ने बहुत सहयोग दिता आ बाकी सारे का ही असं धन्यवाद करते हैं सब तो बेटा तो ताडा धन्यवाद करते मीडिया वाले का भी जेडे साड़ी ये खबर नूं सारे वर्ल्ड में पहुँचा रहे हैं। ठीक है जी तो कुछ चलो मीडिया है जेड़े भी ये सच्चाई नहीं दिखा रहे। ठीक है ना जी असं ये कहते हैं चलो असी ताडा बहुत धन्यवाद कर रहे हैं तुम से मीडिया जिन्हें भी मीडिया वाले आ साडे सारे भरावां दा जो भी दुख दर्द आ दुनिया तक पहुँचा रहे आ इस सरकार जालम सरकार तक पहुँचा रहे आ। वाहेगुरू जी का खालसा वाहेगुरू जी की फतह। हाँ जी की लगता मीडिया तो कोई निकलो? देखो लगातार जिहड़ियां मीटिंगां हो रही हैं और जदों तो शुरुआत हुई सी और असी जिथे अज पहुँच चुके हैं इतों यह साबित हुंदा है कि जिहड़ी सेंटर की सरकार है वह झुकना तो चाहती है पर उन्हूं ऐ लगता भी असी जिन्ना भी बचा सकी इहदे विच्चों जिहड़ा कानून उन्होंने गलत बनाया भी जिन्ना कि असी बचा सकी आपदे जिहड़े चहेतियां वास्ते कानून है उन्हूं बचा लीए तो वह जिहड़ा जोर ला रही है पर क्योंकि जिहड़ियां साडियां जथेबंदियां दे आगू है वह बहुत स्याणे उन्होंने पता भी जे 1% वह क्योंकि सारे का सारा ही कानून ही जिहड़ा है वह देश विरोधी है कल्ले किसान दे विरोधी नहीं जे आपां देखिए क्योंकि जेकर वह साडे तों 20 रुपये कोई चीज़ खरीदता है व्यापारी तो वह 90 रुपए तक कानूनी तौर पर वेचण दा हकदार रखता जिस तरह का कानून बनाया तो जेकर किसान तो वह 5 रुपये भी खरीदू 20 वाली चीज़ तो जे लोगों को 90 रुपये देगा तो जो खाने वाले लोग आ कंज्यूमर लोग आ उन्हों का भी जोड़ा दुआला निकल जाना और ये जी बहुत वड्डी गल है किसान तो हो सकता इस कानून नाल बच जाए पर जो बंदा खरीददार आ जो बंदा गरीब खाने वाला वह जो बहुत बुरा हाल होना वो भुखे मर जाने तो इस लैके अज असी दुनिया के कोने कोने तक ये आवाज़ पहुँचाने भी कामयाब होए हैं कि किरती की लट्टा लुट्ट जी वो व्यापारी करता तो वो उत्ते भी जोड़ा है सारी दुनिया भर के सूझवान लोग आ जोड़े इस पासे वाल हो तो यह जी कानून है ये रद्द भी हो गए और दुनिया के लोग बिल्कुल कानून रद्द होने लगातार जीडिया मीटिंगा भी हो रही कितना केंद्र झुकता नज़र आ रहा है।